ਕਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਲਈ ਆਪ ਜੀ ਦੀ ਵੀ ਬੜੀ ਦੇਣ ਹੈ ਕਿ ਸੱਚ ਦੇ ਪੈਰੇ ਦੇ ਉੱਤੇ ਪਹਿਰਾ ਦੇ ਰਹੇ ਹੋ ਤੇ ਜੋ ਇਹ ਇਨਸੀਡੈਂਟ ਹੋਇਆ ਹੈ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੀ ਇਹ ਜਿਹੜਾ ਸੰਤ ਬਾਬਾ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਹਮਲਾ ਹੋਇਆ ਮੈਂ ਕਿਸਮੁੱਚਾ ਸਿੱਖ ਪੰਥੀ ਇਸ ਗੱਲ ਨੂੰ ਪੂਰੀ ਤਰ੍ਹਾਂ ਮਤਲਬ ਮਹਿਸੂਸ ਵੀ ਕਰਦਾ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਪੈਦਾ ਹੋਏ ਨੇ ਉੱਥੇ ਸੱਚ ਲਈ ਕੋਈ ਥਾਂ ਨਹੀਂ ਸੱਚ ਦੀ ਆਵਾਜ਼ ਆ ਜਿਹੜੀ ਉਹਨੂੰ ਦਬਾਉਣ ਦੇ ਚਾਹੇ ਉਹ ਪ੍ਰੈਸ ਵੱਲੋਂ ਆ ਤੇ ਚਾਹੇ ਉਹ ਕਿਸੇ ਸਿੱਖ ਪ੍ਰਚਾਰਕ ਵੱਲੋਂ ਆ ਤੇ ਚਾਹੇ ਉਹ ਕਿਸੇ ਮਤਲਬ ਇਸ ਤਰ੍ਹਾਂ ਦੀ ਧਿਰਾਂ ਜਿਹੜੀ ਜਿਹੜੀ ਸੱਚ ਤੇ ਪਹਿਰਾ ਦਿੰਦੀ ਆ ਉਹਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਨੇ ਵਿਸ਼ੇਸ਼ ਰੂਪ ਦੇ ਵਿੱਚ ਅਸੀਂ ਜੇ ਅਸ਼ੋਕੜ ਚ ਨਜ਼ਰ ਮਾਰੀਏ ਕਿ ਸਿੱਖੀ ਦਾ ਜਿਹੜਾ ਭਗਮਾ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜੀ ਤੇ ਜਿਹੜੇ ਇਸ ਵਿਰੁੱਧ ਬੋਲਦੇ ਨੇ ਸਿੱਖੀ ਸਿਧਾਂਤਾਂ ਦੀ ਰਾਖੀ ਦਾ ਪਹਿਰੇਦਾਰੀ ਕਰਦੇ ਨੇ ਉਹ ਇਹਨਾਂ ਨੂੰ ਇਹ ਤਾਕਤਾਂ ਨੂੰ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਉਹਨਾਂ ਨੂੰ ਮਤਲਬ ਫੁੱਟੀ ਅੱਖ ਵੀ ਪਾਉਂਦੇ ਨਹੀਂ ਸੋ ਇਸ ਕਰਕੇ ਇਹ ਜਿਹੜਾ ਹਮਲਾ ਉਸੇ ਕੜੀ ਚਾ ਜੇ ਅਸੀਂ ਹੋਰ ਪਿੱਛੇ ਵੀ ਚਲੇ ਜਾਈਏ ਅ ਇੱਕ ਪਹਿਲੀ ਜੂਨ ਨੂੰ ਉਹਦੀ ਬਰੇਗੰਡ ਆ ਰਹੀ ਹੈ ਕਿ 1 ਜੂਨ ਨੂੰ ਜਵਾਰ ਸਿੰਘ ਵਾਲਾ ਪਿੰਡ ਤੋਂ ਸ੍ਰੀ ਗੁਰੂ ਕੰਨ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਪੀੜ ਹੈ ਜਿਹੜੀ ਉਹ ਚੋਰੀ ਹੋਈ ਉਸ ਤੋਂ ਬਾਅਦ ਜਿਸ ਤਰ੍ਹਾਂ ਨਿਰੰਤਰ ਹਮਲੇ ਹੋਏ ਸੋ ਪਹਿਲਾਂ ਗੁਰੂ ਸਾਹਿਬ ਤੇ ਇਸ ਤਰ੍ਹਾਂ ਦੇ ਹਮਲੇ ਕਰਕੇ ਸਿੱਖੀ ਦੇ ਵਿੱਚੋਂ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਹੁਣ ਇਹ ਜਿਹੜਾ ਸਿੱਖ ਪ੍ਰਚਾਰਕ ਜਿਹੜੇ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਨੇ ਸੋ ਉਹਨਾਂ ਤੇ ਹਮਲਾ ਕਰਕੇ ਇਹ ਜਿਹੜਾ ਸਿੱਖੀ ਪ੍ਰਤੀ ਲੋਕਾਂ ਦੇ ਵਿੱਚ ਮਨਾਂ ਚ ਭਾਵਨਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਜੇ ਅਸੀਂ ਕਹੀਏ ਕਿ ਸੱਚ ਨੂੰ ਦਬਾਉਣ ਦੀਆਂ ਜਿਹੜੀਆਂ ਹਮੇਸ਼ਾ ਕੋਸ਼ਿਸ਼ਾਂ ਹੁੰਦੀਆਂ ਆਈਆਂ ਨੇ ਉਹਨਾਂ ਚੋਂ ਇੱਕ ਕੋਸ਼ਿਸ਼ ਮੈਂ ਇਹ ਸਮਝਦਾ ਜੀ ਜਿਸ ਤੋਂ ਉਹਨਾਂ ਨੇ ਲੰਗਰ ਦੀ ਜੀ ਪਰੰਪਰਾ ਨੂੰ ਅੱਗੇ ਰੱਖ ਕੇ ਇਸ ਕਤਲ ਕਤਲੇਆਮ ਨੂੰ ਇੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਲੰਗਰ ਦੀ ਪਰੰਪਰਾ ਤੇ ਵੀ ਇੱਕ ਕਿਸਮ ਦਾ ਹਮਲਾ ਹੈ ਦੇਖੋ ਤੁਸੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਸਮਝਦਾ ਕਿ ਬੇੜਾ ਅਹਿਮ ਗੱਲ ਆ ਬੜੀ ਗੰਭੀਰ ਗੱਲ ਆ ਕਿ ਉਹਨਾਂ ਲੋਕਾਂ ਨੇ ਕਿੰਨੀ ਗਿਣੀ ਮਿਥੀ ਸਾਜ਼ਿਸ਼ ਦੇ ਨਾਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਯਾਦ ਪ੍ਰਧੂ ਸਤਾ ਤੇ ਹਮਲਾ ਕੀਤਾ ਤੋਂ ਬਾਅਦ ਤਖਤ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਦਾ ਸਤਕਾਰ ਖਤਮ ਕੀਤਾ ਪੰਜ ਪਿਆਰਿਆਂ ਦੀ ਅਗਵਾਈ ਨੂੰ ਚੈਲੰਜ ਕੀਤਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਪ੍ਰਤੀਨਿਧਤਾ ਸੀ ਉਹ ਖਤਮ ਕੀਤੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਹੈ ਜਿਹਦੇ ਨੇ ਸਿੱਖੀ ਦਾ ਪ੍ਰਚਾਰ ਤੇ ਵਿਸਾਰ ਕਰਨਾ ਸੀ ਮਤਲਬ ਸਾਰੀਆਂ ਸਿੱਖ ਸੰਸਥਾਵਾਂ ਸੀ ਜਿਹੜੀਆਂ ਉਹਨਾਂ ਤੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਟੈਟੇਰੀ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜੀ ਸਾਡੀ ਲੰਗਰ ਦੀ ਪਰਸਾ ਜਿਹੜੀ ਸਿੱਖੀ ਦੀ ਬੜੀ ਮਹਾਨ ਹੈ ਜਿਹੜੀ ਸੇਵਾ ਦੀ ਪ੍ਰਤੀਕ ਹੈ ਸੋ ਇੱਕ ਇਹ ਉਹਦੇ ਤੇ ਹਮਲਾ ਕਰਕੇ ਅੱਜ ਮਤਲਬ ਤੁਸੀਂ ਦੇਖੋ ਕਿ ਲੋਕ ਮਜ਼ਾਕ ਕਰਦੇ ਨੇ ਸ਼ਵੀਲ ਲਈ ਉਹ ਕਹਿੰਦੇ ਨੇ ਕਿ ਅੱਗੇ ਸ਼ਵੀਲ ਤਾਂ ਨਹੀਂ ਲੱਗੀ ਹੋਈ ਸਾਨੂੰ ਪਰਮਿਸ਼ਨ ਵੀ ਲੈਣੀ ਪੈ ਰਹੀ ਹੈ ਹਾਂ ਜਿਹੜੀ ਇੱਕ ਨਵੀਂ ਇਹ ਗੱਲ ਹੋਰ ਆ ਗਈ ਕਿ ਸ਼ਵੀਲ ਲਾਉਣ ਦੇ ਲਈ ਪਹਿਲਾਂ ਤੁਸੀਂ ਪਰਮਿਸ਼ਨ ਲਓ ਤੇ ਦੂਸਰਾ ਇਹ ਮਜ਼ਾਕ ਦਾ ਪਾਤਰ ਬਣਾਤੀ ਸੋ ਇਹ ਸਾਡੀਆਂ ਜਿਹੜੀਆਂ ਸਿੱਖ ਪੰਥਰੀਆਂ ਮਹਾਨ ਪਰੰਪਰਾਵਾਂ ਨੇ ਇਹ ਉਹਨਾਂ ਤੇ ਜਿਹੜਾ ਗੰਭੀਰ ਹਮਲਾ ਵਾ ਇਹ ਉਹਦੀ ਕੜੀ ਅਗਲੀ ਇਹਦੀ ਉਹ ਕੜੀ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਕੋਈ ਰਿਜ਼ਲਟ ਨਿਕਲੇਗਾ ਇਸ ਜੁਕਤ ਕਤਲੇਆਮ ਹੋਇਆ ਇਹ ਕੋਈ ਰਿਜ਼ਲਟ ਤਾਂ ਨਿਕਲਿਆ ਹੋਇਆ ਰਿਜ਼ਲਟ ਨਿਕਲਣ ਵਿੱਚ ਤਾਂ ਕੋਈ ਮਤਲਬ ਹਰ ਕਿਸੇ ਸਿੱਖ ਨਾਲ ਕਿਸੇ ਨਿੱਕੇ ਵਿੱਚ ਨਾ ਵੀ ਤੁਸੀਂ ਗੱਲ ਕਰ ਲਓ ਸਭ ਨੂੰ ਪਤਾ ਵੀ ਕੀ ਕਾਰਨ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਤਾਂ ਸਿੱਖ ਦੁਸ਼ਮਣ ਤਾਕਤਾਂ ਦੀ ਸਾਜ਼ਿਸ਼ ਆ ਜਿਹੜੀ ਉਹਨਾਂ ਦੇ ਮੋਹਰੇ ਆ ਉਹਨਾਂ ਦੇ ਰਾਹੀ ਹੋਇਆ ਪਰੰਤੂ ਹੱਲ ਜਿਹੜੇ ਨਿਕਲਣ ਵਾਲੀ ਤੁਸੀਂ ਗੱਲ ਕੀਤੀ ਹੈ ਜੇ ਹੱਲ ਕੱਢਣ ਵਾਲੇ ਬੇਈਮਾਨ ਨੇ ਉਹ ਪੂਰੀ ਤਰ੍ਹਾਂ ਉਹਨਾਂ ਦੀ ਨਾ ਨੀਤ ਸਾਫ਼ ਆ ਨਾ ਨੀਤੀ ਸਾਫ਼ ਆ ਤੇ ਫਿਰ ਹੱਲ ਕਿਵੇਂ ਨਿਕਲੂਗਾ ਹਾਂ ਕਿਤਨਾ ਕਿਤੇ ਵੱਡੀਆਂ ਮੱਛੀ ਨੂੰ ਇੱਕ ਪਾਸੇ ਰੱਖ ਕੇ ਛੋਟੇ ਪਿਆਦੇ ਜਿਹੜੇ ਆ ਉਹ ਤਾਂ ਨਹੀਂ ਅੱਗੇ ਕਰ ਦਿੱਤੇ ਜਾਣਗੇ ਲਿਖੋ ਬਿਲਕੁਲ ਇਹ ਮੈਂ ਹੁਣੇ ਸੰਤਾ ਨੂੰ ਮਿਲਿਆ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਅਹਿਮ ਗੱਲ ਹੈ ਜਿਹੜੀ ਮੈਂ ਸਮਝਦਾ ਕਿ ਨਿਚੋੜ ਆ ਮਤਲਬ ਉਹ ਕਹਿੰਦੇ ਕਿ ਅੱਜ ਸੀਐਮ ਸਾਹਿਬ ਮੇਰੇ ਕੋਲ ਆਏ ਸੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਹੈ ਵੀ ਤੁਸੀਂ ਲੱਭ ਕੇ ਹੁਣ ਲੁਕੋ ਰਹੇ ਹੋ ਜੀ ਜੀ ਸੋ ਉਹਨਾਂ ਨੇ ਮੈਨੂੰ ਲੱਗਦਾ ਕਿ ਇਹਨਾਂ ਦੋ ਗੱਲਾਂ 'ਚ ਬਹੁਤ ਵੱਡੇ ਅਰਥ ਨੇ ਜਿਹੜੇ ਉਹ ਲੁਕੇ ਹੋਏ ਨੇ ਕਿ ਉਹ ਜਿਹੜੀਆਂ ਵੱਡੀਆਂ ਮੱਛੀਆਂ ਨੇ ਚਾਹੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਚਾਹੇ ਨਹੀਂ ਜੁੜੀਆਂ ਹੋਈਆਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਪੰਥਾ ਜਿਹੜਾ ਪੰਥ ਤੋਂ ਸੱਚ ਲਕੋਇਆ ਨਹੀਂ ਜਾ ਸਕਦਾ ਪਰੰਤੂ ਕੋਸ਼ਿਸ਼ ਆ ਜਿਹੜੀ ਉਹ ਜਰੂਰ ਕੀਤੀ ਜਾ ਰਹੀ ਆ ਪਰੰਤੂ ਸੱਚਾ ਜਿਹੜਾ ਉਹ ਬਿਲਕੁਲ ਸਾਹਮਣੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ